ਲੁਧਿਆਣਾ ਦੇ ਵਿੱਚ ਤੜਕਸਾਰ ਹਨੇਰੀ ਚੱਲਣ ਦੇ ਨਾਲ ਇੱਕ ਜਾਗਰਣ ਦੇ ਵਿੱਚ ਇੱਕ ਹਾਦਸਾ ਵਾਪਰਿਆ ਵਾ, ਜਿਸ ਕਾਰਨ ਇੱਕ ਮਹਿਲਾ ਦੀ ਜਿਹੜੀ ਆ ਮੌਤ ਹੋਈ ਆ। 5 ਤੋਂ 7 ਲੋਕ ਜਿਹੜੇ ਨੇ ਜ਼ਖਮੀ ਦੱਸੇ ਜਾ ਰਹੇ ਨੇ। ਤਾਂ ਇਸ ਵਕਤ ਅਸੀਂ ਹੈਬੋਵਾਲ ਥਾਣੇ ਦੇ ਵਿੱਚ ਮੌਜੂਦ ਹੈਗੇ, ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਉਹ ਸਾਊਂਡ ਹੈਗੀ ਜਿਹੜੀ ਜਾਗਰਣ ਦੇ ਉੱਤੇ ਲੱਗੀ ਹੋਈ ਸੀਗੀ, ਤਾਂ ਪੁਲਿਸ ਨੇ ਇਸ ਸਾਊਂਡ ਨੂੰ ਅਤੇ ਜੋ ਜਾਗਰਣ ਦਾ ਟੈਂਟ ਸੀਗਾ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿੱਤਾ ਵਾ। ਤਾਂ ਦੱਸ ਦਿੰਦੇ ਕਿ ਰਾਤ ਨੂੰ ਹੈਬੋਵਾਲ ਦੇ ਇੱਕ ਇਲਾਕੇ ਦੇ ਵਿੱਚ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਸੀ, ਕਿਉਂਕਿ ਨਰਾਤੇ ਹੈਗੇ ਨੇ, ਵੱਖ ਵੱਖ ਥਾਵਾਂ ਤੇ ਇਹ ਸਮਾਗਮ ਜਿਹੜੇ ਨੇ ਉਹ ਚੱਲ ਰਹੇ ਨੇ। ਤਾਂ ਤੜਕਸਾਰ ਹਨੇਰੀ ਜਿਹੜੀ ਆ ਬਹੁਤ ਤੇਜ਼ ਚੱਲੀ ਸੀ, ਜਿਸ ਦੌਰਾਨ ਇਹ ਹਾਦਸਾ ਹੋਇਆ ਵਾ। ਉਸ ਵਕਤ ਇੱਕ ਕਲਾਕਾਰ ਜਿਹੜੇ ਨੇ ਧਾਰਮਿਕ ਗੀਤ ਗਾ ਰਹੇ ਸੀਗੇ, ਤਾਂ ਹਵਾ ਤੇਜ਼ ਜਿਹੜੀ ਚੱਲੀ, ਉਸ ਤੋਂ ਬਾਅਦ ਸਟੇਜ ਜਿਹੜੀ ਆ ਉਹ ਜਿਹੜੇ ਅੱਗੇ ਆਡੀਅੰਸ ਬੈਠੀ ਹੁੰਦੀ ਹੈ, ਜਿਹੜੇ ਭਗਤ ਬੈਠੇ ਹੁੰਦੇ ਨੇ ਉਹਨਾਂ ਉੱਤੇ ਸਟੇਜ ਜਿਹੜੀ ਇੱਕਦਮ ਡਿੱਗ ਜਾਂਦੀ ਆ। ਤਾਂ ਇਸ ਹਾਦਸੇ ਦੇ ਵਿੱਚ ਇੱਕ ਮਹਿਲਾ ਜਿਹੜੀ ਆ ਉਸਦੀ ਮੌਤ ਹੋ ਗਈ ਆ, ਬਾਕੀ ਜਿਹੜੇ 5 ਤੋਂ 7 ਜਿਹੜੇ ਸ਼ਰਧਾਲੂ ਦੱਸੇ ਜਾਂਦੇ ਨੇ ਉਹ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਗਿਆ ਵਾ। ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਜਿਹੜੀ ਆ ਜਾਂਚ ਕਰ ਰਹੀ ਆ, ਤਫਤੀਸ਼ ਜਿਹੜੀ ਕੀਤੀ ਜਾ ਰਹੀ ਆ। ਰਾਤ ਵੀ ਮੌਕੇ ਤੇ ਪੁਲਿਸ ਜਿਹੜੀ ਆ ਪਹੁੰਚੀ ਸੀ, ਪੁਲਿਸ ਨੇ ਮੌਕੇ ਤੇ ਜਿਹੜੀ ਆ ਫੋਟੋਗ੍ਰਾਫੀ ਲਿੱਤੀ ਆ, ਕੁਛ ਵੀਡੀਓ ਜਿਹੜੀਆਂ ਪੁਲਿਸ ਦੇ ਹੱਥ ਲੱਗੀਆਂ ਨੇ, ਪੁਲਿਸ ਨੇ ਉਹ ਵੀਡੀਓ ਵੀ ਆਪਣੇ ਕਬਜ਼ੇ ਦੇ ਵਿੱਚ ਫਿਲਹਾਲ ਲੈ ਲਿੱਤੀ ਆ। ਤਾਂ ਜਿਹੜੇ ਓਰਗਨਾਈਜ਼ਰ ਸੀਗੇ ਉਹਨਾਂ ਨੂੰ ਜਿਹੜਾ ਵਾ ਇਸ ਵਕਤ ਥਾਣੇ ਦੇ ਵਿੱਚ ਬੁਲਾਇਆ ਗਿਆ ਵਾ। ਪੁਲਿਸ ਉਹਨਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ, ਕਿਉਂਕਿ ਪਰਮਿਸ਼ਨਾਂ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਤਾਂ ਪਰਮਿਸ਼ਨਾਂ ਪੁਲਿਸ ਦੇਖ ਰਹੀ ਹੈ ਕਿ ਇਹਨਾਂ ਨੇ ਜਾਗਰਣ ਦੀ ਪਰਮਿਸ਼ਨ ਲਿੱਤੀ ਸੀ ਜਾਂ ਨਹੀਂ ਲਿੱਤੀ ਸੀ। ਤਾਂ ਇਸ ਦੇ ਬਾਰੇ ਸਾਰੀ ਪੁਲਿਸ ਜਿਹੜੀ ਹੈ ਇਸ ਵਕਤ ਜਾਂਚ ਕਰ ਰਹੀ ਹੈ। ਜੋ ਕਲਾਕਾਰ ਨੇ ਉਹਨਾਂ ਨੂੰ ਵੀ ਪੁਲਿਸ ਨੇ ਥਾਣੇ ਦੇ ਵਿੱਚ ਬੁਲਾਇਆ ਸੀਗਾ, ਉਹਨਾਂ ਤੋਂ ਵੀ ਪੁੱਛ ਪੜਤਾਲ ਜਿਹੜੀ ਆ ਕੀਤੀ ਜਾ ਰਹੀ ਆ। ਤਾਂ ਤੁਸੀਂ ਦੂਸਰੀ ਸਕਰੀਨ 'ਤੇ ਤਸਵੀਰਾਂ ਵੀ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀ ਆ ਸਟੇਜ ਚੱਲ ਰਹੀ ਆ, ਉਸ ਦੌਰਾਨ ਇਹ ਹਵਾ ਚੱਲਦੀ ਆ। ਦੱਸਿਆ ਜਾ ਰਿਹਾ ਕਿ 3 ਔਰ 3:30 ਦੇ ਵਿੱਚ ਇਹ ਜਿਹੜੀ ਆ ਤੇਜ਼ ਹਨੇਰੀ ਚੱਲੀ, ਉਸ ਵਕਤ ਜਾਗਰਣ ਜਿਹੜਾ ਚੱਲ ਰਿਹਾ ਸੀਗਾ, ਤਾਂ ਕਲਾਕਾਰ ਸਟੇਜ ਦੇ ਉੱਤੇ ਭਜਨ ਗਾ ਰਹੇ ਸੀ, ਉਸ ਵਕਤ ਇਹ ਹਾਦਸਾ ਜਿਹੜਾ ਵਾ ਹੋ ਜਾਂਦਾ ਵਾ। ਤਾਂ ਇੱਕ ਵਾਰ ਫਿਰ ਦੱਸ ਦਿੰਦੇ ਹਾਂ, ਲੁਧਿਆਣਾ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਇਹ ਹਾਦਸਾ ਹੋਇਆ ਵਾ। ਤਾਂ ਇਹ ਪ੍ਰਵਾਸੀ ਜਿਹੜੇ ਦੱਸੇ ਜਾ ਰਹੇ ਨੇ, ਤਾਂ ਪ੍ਰਵਾਸੀ ਦੇ ਵਿੱਚੋਂ ਇੱਕ ਮਹਿਲਾ ਜਿਹੜੀ ਆ ਜਿਸਦੀ ਮੌਤ ਹੋ ਚੁੱਕੀ ਆ, ਉਸਦੀ ਬੋਡੀ ਜਿਹੜੀ ਆ ਇਸ ਵਕਤ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲਿੱਤੀ ਹੋਈ, ਉਸ ਦਾ ਪੋਸਟਮਾਰਟਮ ਜਿਹੜਾ ਵਾ ਕਰਾਇਆ ਜਾ ਰਿਹਾ ਵਾ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਜਿਹੜੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ, ਇਹਨਾਂ ਵੱਲੋਂ ਵੀ ਫਿਲਹਾਲ ਜੋ ਦੱਸਿਆ ਜਾ ਰਿਹਾ ਕਿ ਸ਼ਿਕਾਇਤ ਦੇ ਉੱਤੇ 174 ਦੇ ਅਧੀਨ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ। ਤਾਂ ਇਹ ਮਹਿਲਾ ਦਾ ਨਾਮ ਸੁਨੀਤਾ ਦੱਸਿਆ ਜਾ ਰਿਹਾ, ਜਿਸ ਦੀ ਮੌਤ ਹੋਈ ਆ। ਪੁਲਿਸ ਬਾਕੀ ਜ਼ਖਮੀਆਂ ਦਾ ਵੀ ਹਾਲ ਚਾਲ ਜਿਹੜਾ ਉਹ ਪੁੱਛ ਰਹੀ ਆ, ਵੱਖ ਵੱਖ ਹਸਪਤਾਲਾਂ ਦੇ ਵਿੱਚ ਜਾਂਚ ਪੜਤਾਲ ਵੀ ਕਰ ਰਹੀ ਹੈ, ਕਿਉਂਕਿ ਪੁਲਿਸ ਨੇ ਕਿਹਾ ਕਿ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਉਸ ਜਾਗਰਣ ਦੇ ਵਿੱਚ ਮੌਜੂਦ ਸੀਗੇ। ਤਾਂ ਮੌਕੇ ਤੋਂ ਜਿਨ੍ਹਾਂ ਜਿਨ੍ਹਾਂ ਦੀ ਚੋਟਾਂ ਲੱਗੀਆਂ ਉਹਨਾਂ ਨੂੰ ਵੱਖ ਵੱਖ ਹਸਪਤਾਲਾਂ ਦੇ ਵਿੱਚ ਲਿਜਾਂਦਾ ਗਿਆ ਸੀਗਾ। ਤਾਂ ਹੁਣ ਉੱਥੇ ਪੁੱਛ ਪੜਤਾਲ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਤਾਂ ਇੱਕ ਸਪੈਸ਼ਲ ਟੀਮ ਜਿਹੜੀ ਆ ਉਹ ਬਣਾਈ ਗਈ ਆ, ਜਿਹੜੀ ਪੂਰੀ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ। ਹਾਲਾਂਕਿ ਇਹ ਕੁਦਰਤੀ ਹਾਦਸਾ ਹੋਇਆ ਵਾ, ਕਿਉਂਕਿ ਤੇਜ਼ ਹਵਾ ਚੱਲੀ ਆ, ਉਸ ਦੌਰਾਨ ਜਾਗਰਣ ਹੋਇਆ ਸੀਗਾ, ਜਾਗਰਣ ਚੱਲ ਰਿਹਾ ਸੀ। ਤਾਂ ਜਾਗਰਣ ਦੇ ਵਿੱਚ ਇਹ ਸਟੇਜ ਜਿਹੜੀ ਆ, ਇੱਕ ਲਾਈਟਾਂ ਦੀ ਸਟੇਜ ਜਿਹੜੀ ਲੱਗੀ ਹੁੰਦੀ ਆ, ਉਹ ਪੂਰੀ ਜਿਹੜੀ ਆ ਉਹ ਡਿੱਗ ਜਾਂਦੀ ਆ। ਤਾਂ ਇਸ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਆ। ਫਿਲਹਾਲ ਪੁਲਿਸ ਨੇ ਜੋ ਜਾਗਰਣ ਦੇ ਵਿੱਚ ਜਿੱਥੇ ਹਾਦਸਾ ਹੋਇਆ ਵਾ, ਜਿਸ ਪੰਡਾਲ ਦਾ ਜੋ ਪੰਡਾਲ ਸੀ ਉਹ ਆਪਣੇ ਕਬਜ਼ੇ ਦੇ ਵਿੱਚ ਪੂਰਾ ਪੁਲਿਸ ਨੇ ਲੈ ਲਿੱਤਾ ਵਾ। ਸਾਊਂਡ ਜਿਹੜੀ ਆ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿੱਤੀ ਆ। ਜੋ ਟੈਂਟ ਦਾ ਸਾਜੋ ਸਮਾਨ ਸੀ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਵਾ। ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਜਾਂਚ ਕਰ ਰਹੀ ਆ। ਜੋ ਜਾਗਰਣ ਦੀ ਕਮੇਟੀ ਸੀਗੀ ਉਹਨਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਗਿਆ, ਉਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਜੋ ਕਲਾਕਾਰ ਸਟੇਜ ਦੇ ਉੱਤੇ ਲੱਗੇ ਸੀ ਉਹਨਾਂ ਨੂੰ ਜਿਹੜਾ ਵਾ ਥਾਣੇ ਦੇ ਵਿੱਚ ਬੁਲਾ ਕੇ ਪੁੱਛ ਪੜਤਾਲ ਜਿਹੜੀ ਆ ਕੀਤੀ ਜਾ ਰਹੀ ਆ।
ਇੱਕ ਵਾਰ ਫਿਰ ਦੱਸ ਦਿੰਦੇ ਹਾਂ, ਹੱਬੋਵਾਲ ਕਲਾਂ ਦੇ ਵਿੱਚ ਇਹ ਜਾਗਰਣ ਚੱਲ ਰਿਹਾ ਸੀ ਕਿਉਂਕਿ ਮਾਂ ਦੇ ਨਰਾਤੇ ਚੱਲ ਰਹੇ ਨੇ, ਤਾਂ ਵੱਖ ਵੱਖ ਥਾਵਾਂ ਤੇ ਦੇਸ਼ ਭਰ ਦੇ ਵਿੱਚ ਧਾਰਮਿਕ ਸਮਾਗਮ ਚੱਲ ਰਹੇ ਨੇ ਤੇ ਲੁਧਿਆਣਾ ਦੇ ਵਿੱਚ ਵੀ ਇਹ ਸਮਾਗਮ ਜਿਹੜਾ ਵਾ ਚੱਲ ਰਿਹਾ ਸੀ, ਜਿੱਥੇ ਇਹ ਤੜਕਸਾਰ ਜੋ ਦੱਸਿਆ ਜਾ ਰਿਹਾ 3:30 ਦੇ ਵਿੱਚ ਇਹ ਹਾਦਸਾ ਹੋਇਆ ਵਾ। ਇੱਕ ਮਹਿਲਾ ਦੀ ਜਿਹੜੀ ਆ ਮੌਤ ਹੋਈ ਹੈਗੀ ਆ, ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਪੂਰੀ ਤਫਤੀਸ਼ ਕਰ ਰਹੀ ਹੈ, ਜ਼ਖਮੀਆਂ ਦਾ ਹਾਲ ਚਾਲ ਪੁੱਛਿਆ ਜਾ ਰਿਹਾ ਵਾ, ਉਹਨਾਂ ਦੇ ਬਿਆਨ ਜਿਹੜੇ ਨੇ ਉਹ ਲਿੱਤੇ ਜਾ ਰਹੇ ਨੇ, ਹੁਣ ਉਸ ਅਗਲੀ ਕਾਰਵਾਈ ਕੀ ਬਣਦੀ ਹੈ ਇਹ ਸਮਾਂ ਦੱਸੇਗਾ। ਪਰ ਫਿਲਹਾਲ ਪੁਲਿਸ ਜਿਹੜਾ ਜ਼ਖਮੀਆਂ ਦਾ ਇਲਾਜ ਵੀ ਕਰਾ ਰਹੀ ਹੈ, ਨਾਲ ਦੀ ਨਾਲ ਮੌਕੇ 'ਤੇ ਜਾ ਕੇ ਜਿਹੜੀ ਹੈ ਤਫਤੀਸ਼ ਵੀ ਜਿਹੜੀ ਹੈ ਕੀਤੀ ਗਈ ਹੈ। ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਬਹਿੰਦੂ, ਜਗਬਨ ਟੀਵੀ, ਲੁਧਿਆਣਾ।